कमेटी नूं वार बार फोन करन तों बाद भी उन्हां वल्लों इत्थे नहीं आया जा रहा क्योंकि वह कह रहे सानूं कुट्टणगे सिंह जी इदां वा जी उदां वा जे तुहानूं इन्ना ही डर है तो पहलां तुसीं इह करतूत ना करदे ते इह जिहड़ियां मैं चीज़ां गाउणियां ना इह जिहड़ियां चीज़ां ने इह हरिमंदर साहब दे विच खलो के भी गा सकदा मैं कोई चैलेंज नहीं कर सकदा मैनूं कि तू गलत बोल रहा इन्हू कहा भी कल 11 बजे इतने तू आके अपना स्पष्टीकरण देना वा पर कमेटी अज इतने नहीं पहुंची बहाने लाई जाते ने कहीं चौंकी चले जी उ चले सो कहता भावो आ नहीं रहे। लंघे दिनी अमृतसर जिले के पिंड बहादुरगढ़ विच एक समागम दौरान गायक कुलदीप रंधावा वालों सिख रहत मर्यादा दियां तज्जियां उड़ाई गई ते नाल ही सिखी के बुनियादी सिद्धांत अमृत की दात बारे गलत बोलिया गया। इस संबंधी अमृतसर तो भाई परमजीत सिंह अकाली इस पिंड गायक ते समागम की कमेटी नाल गलबात करन लई पहुंचे सन पर ना तो उत्थे एक गायक आया ते ना ही समागम करवाउण वाली कमेटी का कोई मैंबर पहुंचा। इस सारे मामले बारे भाई परमजीत सिंह अकाली ने संगत नाल विचार सांझे कीते ने। वाहिगुरु जी का खालसा वाहिगुरु जी की फतेह। आप समूह संगतां जानदे होंगे पिंड दयालगढ़ विखे जिहड़ा इथों दी प्रबंधक कमेटी दे वल्लों गुरु साहब की हजूरी में एक नचार नूं सद के ते उहदे वल्लों जिहड़ा लाया गया सी जो खाड़े लाउंदे ने उसे तरह ही उहनूं इत्थे ला के स्टेज लाई गई जिथे गुरु साहब की हजूरी च गुरमर्यादा भंग की गई जिथे गुरु साहब के जिहड़े सिधांत ने उस तों उल्ट जा करके इन्होंने गुरु साहब जी की बेअदबी की उत्थे ही जिहड़ा नचार सी उस नचार ने गुरु साहब की हजूरी में श्री अकाल तख्त साहब सचखंड श्री दरबार साहब जी के बारे जिहड़े मंदा शब्द बोलिया कि उन्हें यह कहा कि जो मैं बोलदा उहदा कहण दा भाव कि जो कंजरखाना करदा ਉਹ ਸ਼੍ਰੀ ਦਰਬਾਰ ਸਾਹਿਬ ਵੀ ਕਰਦਾ ਤੇ ਉਹਨੂੰ ਕੋਈ ਰੋਕ ਨਹੀਂ ਸਕਦਾ ਉਹਦਾ ਪਹਿਰਾ ਵੱਖਰਾ ਉਹਦੇ ਵੱਲ ਬਾਅਦ ਚ ਹੋਵਾਂਗੇ ਕਮੇਟੀ ਦੇ ਕੋਲ ਜਾਏ ਆ ਕੱਲ ਕਮੇਟੀ ਨਾਲ ਗੱਲ ਹੋਈ ਸੀ ਪ੍ਰਧਾਨ ਦੇ ਨਾਲ ਗੁਲਜ਼ਾਰ ਸਿੰਘ ਨਾਲ ਤੇ ਇਹਨੂੰ ਕਿਹਾ ਸੀ ਵੀ ਕੱਲ 11 ਵਜੇ ਇੱਥੇ ਤੂੰ ਆ ਕੇ ਤੇ ਆਪਣਾ ਸਪਸ਼ਟੀਕਰਨ ਦੇਣਾ ਵਾ ਤੇ ਜੋ ਤੁਸੀਂ ਇਹ ਕਰਤੂਤ ਕੀਤੀ ਆ ਇਹਦੇ ਬਾਰੇ ਸੰਗਤ ਦੇ ਸਾਹਮਣੇ ਆ ਕੇ ਤੁਸੀਂ ਆਪਣਾ ਜਿਹੜਾ ਵਾ ਜੋ ਵੀ ਇਹ ਦੱਸਣਾ ਵਾ ਪਰ ਕਮੇਟੀ ਅੱਜ ਇੱਥੇ ਨਹੀਂ ਪਹੁੰਚੀ ਇੱਥੇ ਸਾਰੇ ਜਥੇਬੰਦੀ ਦੇ ਸਿੱਖ ਯੂਥ ਪਾਵਰ ਪੰਜਾਬ ਦੇ ਸਿੰਘ ਪਹੁੰਚੇ ਨੇ ਬਾਬਾ ਦਇਆ ਸਿੰਘ ਜੀ ਪਹੁੰਚੇ ਨੇ ਮਾਨਸਰ ਸਾਹਿਬ ਤੋਂ ਸਾਰੇ ਹੀ ਜ਼ਿੰਮੇਵਾਰ ਸਿੰਘ ਪਹੁੰਚੇ ਆ ਪਰ ਕਮੇਟੀ ਨੂੰ ਵਾਰ ਵਾਰ ਫੋਨ ਕਰਨ ਤੋਂ ਬਾਅਦ ਵੀ ਉਹਨਾਂ ਵੱਲੋਂ ਇੱਥੇ ਨਹੀਂ ਆਇਆ ਜਾ ਰਿਹਾ ਕਿਉਂਕਿ ਉਹ ਕਹਿ ਰਹੇ ਸਾਨੂੰ ਕੁੱਟਣਗੇ ਸਿੰਘ ਜੀ ਇੱਦਾਂ ਵਾ ਜੀ ਉੱਦਾਂ ਵਾ ਜੇ ਤੁਹਾਨੂੰ ਇੰਨਾ ਹੀ ਡਰ ਹੈ ਤਾਂ ਪਹਿਲਾਂ ਤੁਸੀਂ ਇਹ ਕਰਤੂਤ ਨਾ ਕਰਦੇ ਪਰ ਜੇ ਹੁਣ ਕਰਤੂਤ ਕੀਤੀ ਆ ਤਾਂ ਝੱਲਣੀ ਵੀ ਪੈਣੀ ਆ ਸੋ ਅਸੀਂ ਦਿੱਤੇ ਹੋਏ ਟਾਈਮ 'ਤੇ ਪਹੁੰਚੇ ਸੀ ਸਾਨੂੰ ਇੱਕ ਘੰਟਾ ਵੱਧ ਹੋ ਗਿਆ ਇੱਥੇ ਵੇਟ ਕਰਦੇ ਹਾਂ ਉਹ ਸਾਨੂੰ ਵਾਰ ਵਾਰ ਜਿਹੜੇ ਨੇ ਉਹ ਬਹਾਨੇ ਲਾਈ ਜਾਂਦੇ ਨੇ ਕਦੀ ਚੌਂਕੀ ਚੱਲੇ ਹਾਂ ਜੀ ਉੱਥੇ ਚੱਲੇ ਹਾਂ ਸੋ ਕਹਿੰਦਾ ਭਾਵੋ ਆ ਨਹੀਂ ਰਹੇ ਸੋ ਇਸ ਤੋਂ ਬਾਅਦ ਹੁਣ ਅਸੀਂ ਜਿਹੜਾ ਆਪਣਾ ਬਣਦਾ ਫਰਜ਼ ਆ ਉਹ ਪੂਰਾ ਕਰਾਂਗੇ ਅਗਲੀ ਕਾਰਵਾਈ ਜਿਹੜੀ ਆ ਉਹਦੇ ਵਾਸਤੇ ਸਾਰੀਆਂ ਜਥੇਬੰਦੀਆਂ ਨਾਲ ਸਲਾਹ ਕਰਕੇ ਉਹਨਾਂ ਦੇ ਉੱਤੇ ਕਰਾਵਾਂਗੇ ਜੋ ਵੀ ਕਾਨੂੰਨੀ ਤੇ ਧਾਰਮਿਕ ਹੋਊਗੀ ਉਸਦੇ ਨਾਲ ਦੱਸਣਾ ਚਾਹੁੰਦੇ ਹਾਂ ਕਿ ਜਿਹੜਾ ਇਹ ਗੁਰੂ ਘਰ ਦਾ ਪ੍ਰਬੰਧ ਹੈ ਅਤੇ ਪਹਿਲਾਂ ਜਿਹੜੇ ਇਹ ਨਾਗਾ ਦਾਸ ਕੋਈ ਤਾਰਾ ਚੰਦ ਕੋਈ ਬਚਨ ਦਾਸ ਸੀਗਾ ਉਹਨਾਂ ਦੀਆਂ ਸਮਾਧਾਂ ਸੀ ਅਤੇ ਇੱਥੇ ਪੂਰੀ ਮਨਮਤ ਹੁੰਦੀ ਸੀ ਬਾਅਦ 'ਚ ਸੰਗਤ ਵੱਲੋਂ ਰੋਕਣ ਤੋਂ ਬਾਅਦ ਕਿ ਪ੍ਰਕਾਸ਼ ਨਹੀਂ ਕਰ ਦੇਣਾ ਮਹਾਰਾਜ ਦਾ ਇਹਨਾਂ ਨੇ ਇੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਕਰ ਲਿਆ ਅਤੇ ਇੱਕ ਸਥਾਨ ਬਣਾ ਦਿੱਤਾ ਅਤੇ ਉਸ ਸਥਾਨ ਦੀ ਆੜ ਦੇ ਵਿੱਚ ਅੱਜ ਵੀ ਉਹਨਾਂ ਦੇ ਮੇਲੇ ਮਨਾਉਂਦੇ ਨੇ ਅਤੇ ਮੇਲੇ ਦੀ ਆੜ ਦੇ ਵਿੱਚ ਸਾਰੀਆਂ ਮਨਮਤਾਂ ਕਰਦੇ ਨੇ ਇੱਥੇ ਢੋਲ ਵੱਜਦੇ ਨੇ ਆ ਕੇ ਢੋਲ ਲੈ ਕੇ ਆਉਂਦੇ ਨੇ ਜਿਵੇਂ ਆਪਾਂ ਦੇਖਦੇ ਪੀਰਾਂ ਦੀਆਂ ਥਾਵਾਂ 'ਤੇ ਹੁੰਦਾ ਉਹ ਤਰ੍ਹਾਂ ਦੀਆਂ ਮਨਮਤਾਂ ਹੁੰਦੀਆਂ ਨੇ ਦੂਸਰੀ ਸਭ ਤੋਂ ਵੱਡੀ ਗੱਲ ਬਾਬਾ ਜੀ ਗ੍ਰੰਥ ਸਾਹਿਬ ਸਾਹਿਬ ਆਏ ਸੀਗੇ ਉਹਨਾਂ ਨੂੰ ਬੁਲਾਇਆ ਸੀਗਾ ਚਾਬੀ ਲੈਣ ਗਏ ਨੇ ਉਹ ਉਹਨਾਂ ਨੂੰ ਪੁੱਛਿਆ ਵੀ ਇੱਥੇ ਕੌਣ ਰਹਿੰਦਾ ਸਾਰੀ ਦਿਹਾੜੀ ਉਹ ਕਹਿੰਦੇ ਜੀ ਮੈਂ ਤਾਂ ਸਵੇਰੇ ਸ਼ਾਮ ਉਹਨਾਂ ਨਿਤਨੇਮ ਕਰਕੇ ਚਲ ਜਾਂਦਾ ਦਿਨੇ ਵੀ ਇੱਥੇ ਕੋਈ ਨਹੀਂ ਹੁੰਦਾ ਅਸੀਂ ਤੁਹਾਨੂੰ ਦਿਖਾਵਾਂਗੇ ਵੀ ਕਿੱਡਾ ਵੱਡਾ ਏਰੀਆ ਵਾ ਦਰਬਾਰ ਨੂੰ ਜਿੰਦਲਾ ਇੱਕ ਮਾਰਿਆ ਵਾ ਕੋਈ ਵੀ ਆਵੇ ਤਾਂ ਮਤਲਬ ਇੱਥੇ ਜਿੰਦਲਾ ਤੋੜੇ ਕੋਈ ਆ ਕੇ ਬੇਅਦਬੀ ਕਰ ਜੇ ਬਾਅਦ 'ਚ ਅਸੀਂ ਪਿੱਟ ਸਿਆਪਾ ਜਿਹੜਾ ਉਹ ਕਰਾਂਗੇ ਬਾਅਦ 'ਚ ਰੋਵਾਂਗੇ ਲੋਥੜੇ ਮਾਰ ਮਾਰ ਕੇ ਵੀ ਸਾਡੇ ਗੁਰੂ ਦੀ ਬੇਅਦਬੀ ਹੋ ਗਈ ਕਮੇਟੀ ਦੀ ਵੇਖੋ ਤੁਸੀਂ ਹਾਲਾਤ ਵੀ ਪੈਸੇ ਇਕੱਠੇ ਕਰਨ ਨੂੰ ਖਾਣ ਨੂੰ ਸਾਰੇ ਹੀ ਹੈਗੇ ਆ ਪਰ ਇੱਕ ਸੇਵਾਦਾਰ ਨਹੀਂ ਅਪੁਆਇੰਟ ਕਰ ਸਕਦੇ ਇੱਥੇ ਪੱਕੇ ਤੌਰ ਦੇ ਉੱਤੇ ਜਿਹੜਾ ਸੇਵਾਦਾਰ ਇੱਥੇ ਹਰ ਵੇਲੇ ਰਵੇ ਅਤੇ ਰਹਿ ਕਰਕੇ ਉਹ ਇੱਥੋਂ ਦੀ ਜ਼ਿੰਮੇਵਾਰੀ ਸਾਂਭੇ ਸੋ ਇਹਦੇ ਬਾਰੇ ਵੀ ਜਿਹੜਾ ਐਕਸ਼ਨ ਆ ਉਹ ਲਿਆ ਜਾਊਗਾ ਇਹਨਾਂ ਨੂੰ ਬਖਸ਼ਣਾ ਨਹੀਂ ਜੇ ਇਸ ਤਰ੍ਹਾਂ ਬਖਸ਼ਣ ਲੱਗ ਗਏ ਤਾਂ ਇਹਨਾਂ ਲੋਕਾਂ ਨੂੰ ਮੂੰਹ ਪੈ ਜਾਣਾ ਕੱਲ੍ਹ ਨੂੰ ਤਾਂ ਫਿਰ ਜੋ ਮਰਜ਼ੀ ਕਰਨਗੇ ਬਾਬਾ ਜੀ ਸਾਹਿਬਾਨ ਵੀ ਆਏ ਨੇ ਬਾਬਾ ਜੀ ਨੂੰ ਤੁਹਾਡਾ ਰੂਬਰੂ ਕਰਾ ਦਿੰਦੇ ਹਾਂ ਤੁਹਾਨੂੰ ਆਪਣੇ ਮੂੰਹ ਦੱਸ ਦੇਣਗੇ ਕਿ ਜਿਹੜਾ ਇੱਥੇ ਕੌਣ ਆਉਂਦਾ ਵਾ ਸਾਰੀ ਦਿਹਾੜੀ ਦੇ ਕੀ ਪ੍ਰਬੰਧ ਬਾਬਾ ਜੀ ਆ ਜਾਓ ਜੀ ਇਹ ਬਾਬਾ ਜੀ ਗ੍ਰੰਥ ਸਿੰਘ ਨੇ ਇਹਨਾਂ ਦਾ ਵਿਚਾਰਾ ਕਸੂਰ ਕੋਈ ਨਹੀਂ ਕਿਉਂਕਿ ਨੌਕਰੀ ਕਰਦੇ ਆ ਸਵੇਰੇ ਸ਼ਾਮ ਇੱਥੇ ਆਉਂਦੇ ਆ ਬਾਬਾ ਜੀ ਆਪ ਜੀ ਇੱਥੇ ਡਿਊਟੀ ਕਰਦੇ ਹੋ ਹਾਂਜੀ ਮੈਂ ਖਾਲਸਾ ਮੈਂ ਖਾਲਸਾ ਤੁਸੀਂ ਡਿਊਟੀ ਕਰਦੇ ਹੋ ਇੱਥੇ ਤੇ ਤੁਸੀਂ ਸਾਰਾ ਦਿਨ ਇੱਥੇ ਰਹਿੰਦੇ ਹੋ ਨਹੀਂ ਮੈਂ ਸਾਰਾ ਦਿਨ ਮੈਂ ਨੇਤਰਿਆਂ ਦੇ ਟਾਈਮ ਆਉਂਦਾ
ਤੁਸੀਂ ਨੇਤਰਿਆਂ ਦੇ ਟਾਈਮ ਤੇ ਆਉਂਦੇ ਹੋ ਫਿਰ ਜਿੰਦਾ ਲਾ ਦਿੰਦੇ ਹੋ ਫਿਰ ਇੱਥੇ ਦੋ ਸਿੰਘ ਜੀ ਆਜ਼ਾਦ ਰਹਿੰਦੇ ਹੋ 10 11 12 ਵਜੇ ਤੱਕ ਇੱਥੇ ਤੱਕ ਰਹਿਣਾ ਹੁੰਦਾ ਬਾਕੀ ਫਿਰ ਉਹਨਾਂ ਆਪਣੇ ਪੱਠੇ ਪੁੱਠੇ ਪਹੁੰਚ ਜਾਣਾ ਫਿਰ 4 5 ਵਜੇ ਫਿਰ ਹੁੰਦਾ ਰਾਤ ਵੀ ਯਾਨੀ ਕਿ ਪੱਕੇ ਤੌਰ ਤੇ ਰਾਤ ਵੀ ਪੱਕੇ ਦਿੰਦੇ ਤੇ ਦਿਨੇ ਦਿਨੇ ਮੇਰੇ ਤੇ 11 12 ਵਜੇ ਤੱਕ ਉਹਨਾਂ ਰਹਿਣਾ ਵਾ ਅੱਛਾ ਉਸ ਤੋਂ ਬਾਅਦ ਉਹਨਾਂ ਪੱਠੇ ਪੁੱਠੇ ਪਾ ਕੇ ਫਿਰ 4 ਵਜੇ ਤੱਕ ਫਿਰ ਹੋਣਾ ਮਤਲਬ ਉਹਨਾਂ ਸਮਾਂ ਫਿਰ ਜਿਹੜਾ ਇੱਥੇ ਕੋਈ ਪ੍ਰਬੰਧ ਨਹੀਂ ਮਤਲਬ ਕੋਈ ਨਹੀਂ ਤੱਕ ਸੰਗਤ ਇਦਾਂ ਹੀ ਆਉਣ ਜਾਣ ਸੰਗਤ ਕੋਈ ਜ਼ਿੰਮੇਵਾਰ ਕੋਈ ਨਹੀਂ ਇੱਥੇ ਹੁੰਦਾ ਉਹਨਾਂ ਜਾਂ ਨਹੀਂ ਕੋਈ ਕਹਿੰਦਾ ਭਾਵੇਂ ਕੋਈ ਵੀ ਆਵੇ ਜਿੰਦਾ ਤੋੜੇ ਭਾਵੇਂ ਕੋਈ ਮਰਜ਼ੀ ਕਰ ਜੇਗਾ ਉਹ ਸਮਾਨ ਚੱਕ ਕੇ ਲੈ ਜਾਣਾ ਆਪਾਂ ਦੇ ਜਿੰਨੇ ਜਿਹੜਾ ਘਰ ਕੁਝ ਵੀ ਸਾਡੀ ਤੇ ਡਿਊਟੀ ਪੱਕੀ ਨਹੀਂ ਨਾ ਹੈਗੀ ਆਪਣੀ ਡਿਊਟੀ ਪੱਕੀ ਤੁਹਾਨੂੰ ਤਨਖਾਹ ਦਿੰਦੇ ਨੇ ਹਾਂਜੀ ਤਨਖਾਹ 6000 ਰੁਪਏ ਤਨਖਾਹ ਦਿੰਦੇ ਸਵੇਰੇ ਸ਼ਾਮ ਦਾ ਹਾਂਜੀ ਪੱਕਾ ਨਹੀਂ ਤੁਹਾਡਾ ਨਹੀਂ ਪੱਕਾ ਨਹੀਂ ਤੁਹਾਡੇ ਸਾਹਮਣੇ ਬਾਬਾ ਜੀ ਇਹ ਗੱਲ ਅੱਛਾ ਜਿਹੜੀ ਇੱਥੇ ਮਨਮਤ ਹੋਈ ਸੀਗੀ ਤੁਸੀਂ ਵਿਰੋਧ ਕੀਤਾ ਇਹਦਾ ਨਹੀਂ ਆਪਾਂ ਇਹ ਬੇਨਤੀ ਕੀਤੀ ਤੇ ਬਾਬਾ ਜੀ ਆਪਾਂ ਇਹ ਨਹੀਂ ਕੰਮ ਸਹੀ ਨਹੀਂ ਹੈ ਅੱਛਾ ਆਪਾਂ ਨਹੀਂ ਕਰ ਸਕਦੇ ਮਹਾਰਾਜ ਦਾ ਗੁਰੂ ਸਾਹਿਬ ਦਾ ਤੁਹਾਨੂੰ ਕੀ ਕਹਿਣਾ ਨੇ ਤੇ ਕਹਿੰਦੇ ਕੋਈ ਗੱਲ ਤੁਸੀਂ ਕਰੋ ਆਪਾਂ ਜ਼ਿੰਮੇਵਾਰ ਆ ਜ਼ਿੰਮੇਵਾਰ ਆਪਾਂ ਬਾਬਾ ਜੀ ਨੇ ਰੋਕਿਆ ਸੀਗਾ ਵੀ ਇਹ ਮਰਮਤ ਤੇ ਨਾ ਕਰੀਏ ਪਰ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਤੁਸੀਂ ਆਪਣੀ ਨੌਕਰੀ ਕਰੋ ਅਸੀਂ ਆਪੇ ਵੇਖ ਲਾਂਗੇ ਸੋਣ ਤੁਹਾਨੂੰ ਵਿਖਾਵਾਂਗੇ ਜੋ ਗੁਰੂ ਸਾਹਿਬ ਹੁਕਮ ਲਾਉਣਗੇ ਅੱਜ ਆਏ ਤਾਂ ਸੀ ਅਸੀਂ ਤਿਆਰੀ ਦੇ ਨਾਲ ਪਰ ਉਹ ਹੁਣ ਆਏ ਨਹੀਂ ਇੱਥੇ ਮਸਾਂ ਦੇਸ ਕਰਕੇ ਚਲੋ ਜਿੰਨਾ ਕੁ ਚਿਰ ਭੱਜਦੇ ਨੇ ਭੱਜ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈ ਕੇ ਆਉਂਦੇ ਹਾਂ ਜੀ 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 ਜ